सब्सक्राइब करो NC7 न्यूज नू ते लेटेस्ट अपडेट पाउन ले प्रेस करो बेल आइकन। ਖਬਰ ਸੰਗਰੂਰ ਤੋਂ ਸੰਗਰੂਰ ਚ ਚੋਰ ਬੇਖੌਫ ਨੇ ਹਰ ਦਿਨ ਕਿਤੇ ਨਾ ਕਿਤੇ ਵੱਡੀ ਘਟਨਾ ਨੂੰ ਅੰਜਾਮ ਦੇ ਰਹੇ ਨੇ ਸੰਗਰੂਰ ਚ ਲੁਟੇਰਿਆਂ ਅਤੇ ਚੋਰਾਂ ਦਾ ਹੌਸਲਾ ਕਿੰਨੇ ਬੁਲੰਦ ਨੇ ਇਹ ਪਤਾ ਲੱਗਦਾ ਹੈ ਸੀਸੀਟੀਵੀ ਫੁਟੇਜ ਤੋਂ ਘਟਨਾ ਸੰਗਰੂਰ ਜ਼ਿਲ੍ਹੇ ਦੀ ਹੈ ਦੱਸਦੇ ਕਿ ਜ਼ਿਲ੍ਹਾ ਸੰਗਰੂਰ ਦੇ ਦੋ ਵੱਖ-ਵੱਖ ਜਗ੍ਹਾ ਦੀ ਚੋਰੀਆਂ ਹੋਈਆਂ ਪਰ ਇਹ ਚੋਰੀਆਂ ਇੱਕ-ਇੱਕ ਗਰੋਹ ਵੱਲੋਂ ਕੀਤੀਆਂ ਗਈਆਂ ਜਾਣਕਾਰੀ ਦੇ ਅਨੁਸਾਰ ਪਹਿਲਾਂ ਟਰੈਕਟਰ ਅਤੇ ਟਰਾਲੀ ਚੋਰੀ ਹੋਈ ਤੇ ਕੁਝ ਦਿਨ ਬਾਅਦ ਲਹਿਰਾ ਗਾਗਾ ਵਿੱਚ ਵੀ ਚੋਰਾਂ ਨੇ ਫਿਰ ਨਵੀਂ ਕਾਰ ਨੂੰ ਨਿਸ਼ਾਨਾ ਬਣਾਇਆ ਤੇ ਲੈ ਕੇ ਰਫੂ ਚੱਕਰ ਹੋ ਗਏ ਸੀਸੀਟੀਵੀ ਫੁਟੇਜ ਤੋਂ ਪਤਾ ਚੱਲਦਾ ਹੈ ਕਿ ਟਰੈਕਟਰ ਅਤੇ ਕਾਰ ਚੋਰੀ ਕਰਨ ਵਾਲਾ ਗਿਰੋਹ ਇੱਕ ਹੀ ਹੈ ਉਧਰ ਪੀੜਤ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਉਹਨਾਂ ਨੂੰ ਭਰੋਸਾ ਹੈ ਕਿ ਪੁਲਿਸ ਜਲਦੀ ਹੀ ਚੋਰਾਂ ਤੱਕ ਪਹੁੰਚਾਏਗੀ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਵੇਖਣ ਵਾਲੀ ਗੱਲ ਇਹ ਹੈ ਕਿ ਚੋਰਾਂ ਅਤੇ ਲੁਟੇਰਿਆਂ ਦੇ ਵੱਧ ਰਹੇ ਹੌਸਲਿਆਂ ਨੂੰ ਆਖਿਰ ਕਦੋਂ ਠੱਲ ਪਵੇਗੀ ਇਹ ਤਾਂ ਸਮਾਂ ਹੀ ਦੱਸੇਗਾ ਸਾਡਾ ਇੱਕ ਟਰੈਕਟਰ ਟਰਾਲੀ ਜੋ ਪਰਸੋਂ ਸਵੇਰੇ 2:30 ਵਜੇ ਗੌਸ਼ਾਲਾ ਰੋਡ ਤੋਂ ਚੋਰੀ ਹੋਇਆ ਉਸ ਦੇ ਸੰਬੰਧ ਵਿੱਚ ਅਸੀਂ ਨਾ ਸੁਨਾਮ ਲਹਿਰਾ ਏਰੀਆ ਅਸੀਂ ਪੂਰਾ ਕਵਰ ਕੀਤਾ ਜੋ ਸਾਨੂੰ ਨਹੀਂ ਮਿਲਿਆ ਹੁਣ ਸਾਨੂੰ ਪਤਾ ਲੱਗਿਆ ਵੀ ਕੱਲ੍ਹ ਰਾਤ ਲਹਿਰੇ ਕਰਕੇ ਵੀ ਇੱਕ ਕਰੇਟਾ ਕਾਰ ਚੋਰੀ ਹੋਈ ਹੈ ਅਸੀਂ ਵੀਡੀਓ ਮੰਗਵਾਈ ਸੇਮ ਬੰਦੇ ਉਹੀ ਨੇ ਜੋ ਸਾਡੇ ਟਰੈਕਟਰ ਵਗੈਰਾ ਨੂੰ ਲੈ ਕੇ ਗਏ ਨੇ ਅਤੇ ਅਸੀਂ ਹੁਣ ਉਸ ਦੇ ਸੰਬੰਧ ਵਿੱਚ ਲਹਿਰੇ ਉਸ ਪਰਿਵਾਰ ਦੇ ਕੋਲ ਆਏ ਹੋਏ ਹਾਂ ਹਾਂਜੀ ਕਈ ਥਾਵੇਂ ਆਇਆ ਜੀ ਕਿੱਥੇ ਤੱਕ ਆਏ ਉਹ ਆਪਣਾ ਜੀ ਲਹਿਰੇ ਤੋਂ ਜਦੋਂ ਮੋਨਕ ਨੂੰ ਮੁੜਦੇ ਹਾਂ ਰਿਲਾਇੰਸ ਪੰਪ ਤੱਕ ਆਏ ਗੱਡੀ ਆਪਾਂ 28 ਤਰੀਕ ਨੂੰ ਇਹ ਐਕਸ ਮਾਡਲ ਜੀ ਕਰੇਟਾ ਗੱਡੀ ਨਵੀਂ ਲੈ ਕੇ ਆਉਂਦੀ ਸੀਗੀ ਆਮ ਰੂਟੀਨ 'ਚ ਉਹ ਰੋਜ਼ ਦੀ ਤਰ੍ਹਾਂ ਬਾਹਰ ਖੜ੍ਹੀ ਸੀਗੀ ਸਵੇਰੇ 3:20 'ਤੇ ਜੀ ਆਈਡੀਆ 5 ਬੰਦੇ CCTV ਕੈਮਰੇ 'ਚ ਦਿਖਾਈ ਦੇ ਰਹੇ ਨੇਗੇ ਅਤੇ ਉਹਨਾਂ ਨੇ ਸ਼ੀਸ਼ਾ ਭੰਨਿਆ ਗੱਡੀ ਨੂੰ ਧੱਕਾ ਲਾ ਕੇ ਅੱਗੇ ਲੈ ਗਏ ਇਹ ਨਹੀਂ ਪਤਾ ਜੀ ਵੀ ਅੱਗੇ ਹੁਣ ਗੱਡੀ ਨੂੰ ਕਿੱਦਾਂ ਲਗਾਏ ਨੇਗੇ ਅਤੇ ਬੰਦਿਆਂ ਬਾਰੇ ਕੋਈ ਪਤਾ ਨਹੀਂ ਲੱਗ ਰਿਹਾ ਜੀ ਕਿਹਦੇ ਨਾਂ 'ਤੇ ਗੱਡੀ ਗੱਡੀ ਸ਼ਿਵ ਮੰਗਲ ਦੇ ਨਾਂ 'ਤੇ ਜੀ ਸ਼ਿਵ ਮੰਗਲ ਜੀ ਸਰਬ ਸ੍ਰੀ ਈਸ਼ਵਰਦਾਸ ਹਾਂਜੀ ਉਦੋਂ ਬਾਅਦ ਪੁਲਿਸ ਪਹੁੰਚੀ ਜੀ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰਤੀ ਅਤੇ ਸਰ ਅੱਜ ਅਸੀਂ ਜਿਹੜੀ ਇਹ ਕਰੇਟਾ ਗੱਡੀ ਚੋਰੀ ਹੋਈ ਅੱਜ ਸਾਨੂੰ ਇਤਲਾਹ ਮਿਲੀ ਸੀ ਇਸ ਦੇ ਸੰਬੰਧ ਵਿੱਚ ਅਸੀਂ ਸਾਰੇ ਸ਼ਹਿਰ ਦੇ ਕੋਟਲੀ ਰੂਟ ਅਸੀਂ ਚੈੱਕ ਕੀਤੇ ਗਏ ਜੋ ਇਹ ਗੱਡੀ ਮਤਲਬ ਇੱਥੋਂ ਖਾਈ ਰੋਡ ਵੱਲ ਨੂੰ ਕੈਮਰਾ 'ਚ ਫੁਟੇਜ ਪਾਈ ਗਈ ਹੈ ਜਿਸ ਦਾ ਅਸੀਂ ਉਸ ਫੁਟੇਜ ਦੇ ਮੁਤਾਬਕ ਇਸਦਾ ਪਿੱਛਾ ਕਰ ਰਹੇ ਹਾਂ ਅਤੇ ਇਸ ਨੂੰ ਲੱਭਣ ਦੀ ਟਰੇਸ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਕਿਸ ਤਰ੍ਹਾਂ ਗੱਡੀ ਲੈ ਕੇ ਗਏ ਨੇ ਜੀ ਕਿਹੜਾ ਨੰਬਰ ਇਹ ਗੱਡੀ ਅਤੇ ਇਹ ਨਾ ਇੱਥੋਂ ਸੂਏ ਤੋਂ ਪੈਦਲ ਆਏ ਸੀਗੇ 5 ਵਿਅਕਤੀ ਇਹਨਾਂ ਨੇ ਪਹਿਲਾਂ ਆ ਕੇ ਗੱਡੀ ਦਾ ਪਿਛਲਾ ਸ਼ੀਸ਼ਾ ਤੋੜ ਕੇ ਗੱਡੀ 'ਚ ਅੰਦਰ ਦਾਖਲ ਹੋਏ ਅੰਦਰ ਦਾਖਲ ਹੋ ਕੇ ਇਹਨਾਂ ਨੇ ਇਹਨੂੰ ਮੂਹਰੀ ਤੱਕ ਖੋਲ੍ਹ ਕੇ ਇਹਨੂੰ ਬਾਅਦ 'ਚ ਧੱਕਾ ਲਾ ਕੇ ਗਾਹਾਂ ਲੈ ਗਾਹਾਂ ਜਾ ਕੇ ਇਹਨਾਂ ਨੇ ਕਿਸੇ ਜਗ੍ਹਾ 'ਤੇ ਟੋਸ਼ਨ ਪਾਏ ਗੱਡੀ ਨੂੰ ਜੋ ਕੈਮਰੇ ਦੀ CCTV ਫੁਟੇਜ ਆ ਰਿਹਾ ਹੈ ਗੱਡੀ ਟੋਚਨ ਪਾਈ ਹੈ ਵਰਨਾ ਕਾਰ ਹੈ ਪਰੰਤੂ ਕਾਰ ਦਾ ਨੰਬਰ ਸ਼ੋਅ ਨਹੀਂ ਹੋ ਰਿਹਾ ਸਰ ਇਸ ਗੱਡੀ ਦਾ ਨੰਬਰ ਸੀਗਾ PB13BK5452 ਚਿੱਟੇ ਰੰਗ ਦੀ ਗੱਡੀ ਸੀ ਕਰੇਟਾ ਗੱਡੀ ਸੀ ਸਰ ਇੱਕ ਨਾ ਇੱਥੋਂ ਮਤਲਬ ਸੰਗਰੂਰ ਤੋਂ ਮਿੱਟਲ ਸਿੰਘ ਸਟੋਰ ਦੇ ਮਾਲਕ ਆਏ ਉਹਨਾਂ ਨੇ ਵੀ ਟਰੈਕਟਰ ਅਤੇ ਟਰਾਲੀ ਰਾਤ ਸਮੇਂ ਚੋਰੀ ਕੀਤੀ ਉੱਥੇ ਵੀ ਇਹ ਵਰਨਾ ਕਾਰ ਹੀ ਵਰਤੀ ਗਈ ਹੈ ਜੋ ਉਹਨਾਂ ਦੀ ਫੁਟੇਜ 'ਚ ਆਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪੂਰੇ ਪੰਜਾਬ 'ਚ ਸਮਾਰਟ ਰਾਸ਼ਨ ਕਾਰਡ ਯੋਜਨਾ ਦਾ ਵੀਡੀਓ ਕਾਨਫਰੰਸਿੰਗ ਰਾਹੀਂ ਉਦਘਾਟਨ ਕੀਤਾ ਗਿਆ ਜਿਸ ਦੇ ਤਹਿਤ ਪੰਜਾਬ ਸਰਕਾਰ ਅਤੇ ਫੂਡ ਸਪਲਾਈ ਵਿਭਾਗ ਦੇ ਵੱਲੋਂ ਲੋਕਾਂ ਨੂੰ ਸਮਾਰਟ ਕਾਰਡ ਰਾਹੀਂ ਰਾਸ਼ਨ ਦੇਣ ਦੀ ਨਵੀਂ ਸਹੂਲਤ ਦਿੱਤੀ ਗਈ ਹੈ ਜਿਸ ਦੇ ਤਹਿਤ ਪੰਜਾਬ ਕੈਬਨਿਟ ਦੇ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵੱਲੋਂ ਬਟਾਲਾ 'ਚ ਅਤੇ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਰਾਮਪੁਰਾ ਫੂਲ ਦੇ ਵਿੱਚ PH ਸਮਾਰਟ ਕਾਰਡਾਂ ਦੀ ਸ਼ੁਰੂਆਤ ਕੀਤੀ ਗਈ ਅਤੇ ਲਾਭਪਾਤਰੀਆਂ ਨੂੰ ਮੁਫ਼ਤ ਅਨਾਜ ਦੇਣ ਲਈ ਸਮਾਰਟ ਕਾਰਡ ਵੰਡੇ ਗਏ ਕੁਝ ਕਾਰਡ ਜਿਹੜੇ ਸੀ ਕੱਟੇ ਗਏ ਸੀ ਜਾਂ ਕੁਝ ਬਣ ਨਹੀਂ ਸਕੇ ਗਰੀਬਾਂ ਦੇ ਉਹਨਾਂ 9 ਲੱਖ ਕਾਰਡ ਦਾ ਰਾਸ਼ਨ ਜਿਹੜਾ ਉਹਨਾਂ ਹੋਰ ਪਲੱਸ ਕਰਤਾ ਇਹ ਜਿਹੜੀ ਵੱਡੀ ਅਨਾਊਂਸਮੈਂਟ ਹੈ CM ਸਾਹਿਬ ਨੂੰ ਵਧਾਈ ਹੈ ਇਸ ਗੱਲ ਦੀ ਉਹ ਜਿਹੜੇ ਗਰੀਬ ਪਰਿਵਾਰ ਕੁਝ ਰਹਿ ਜਾਂਦੇ ਸਨ ਉਹ ਵੀ ਇਸ ਦੇ ਵਿੱਚ 9 ਲੱਖ ਪਰਿਵਾਰ ਤੋਰ ਚੁੱਕੇ ਪਹਿਲਾਂ
ਲੋਕਾਂ ਦੀ ਰਾਸ਼ਨ ਕਾਰਡ ਬਣੇ ਹੋਏ ਸੀ ਇਹਨਾਂ ਰਾਸ਼ਨ ਕਾਰਡਾਂ ਦੀ ਜ਼ਰੂਰਤ ਪੈ ਗਈ ਕਿਹਨਾਂ ਸਮਾਰਟ ਬਣਾ ਕੇ ਦੇਣਾ ਪੈਗਾ ਕੀ ਇਹਦਾ ਫਾਇਦਾ ਲੇਗਾ ਦੇਖੋ ਇਸ ਕਾਰਡ ਦਾ ਹੁਣ ਬੜਾ ਫਾਇਦਾ ਹੋਣਾ ਏਟੀਐਮ ਹੀ ਬਣ ਗਿਆ ਜੇ ਗਰੀਬ ਫਤਿਹਗੜ੍ਹ ਚੂੜੀਆਂ ਦਾ ਕਿਤੇ ਹੁਣ ਕਾਜ਼ੀਆਂ ਸ਼ਿਫਟ ਕਰ ਗਿਆ ਤਾਂ ਉਹ ਉੱਥੋਂ ਕਾਜ਼ੀਆਂ ਦਾ ਆਪਣਾ ਰਾਸ਼ਨ ਲੈ ਸਕਦਾ ਜੋ ਜਲੰਧਰ ਚਲਾ ਗਿਆ ਤਾਂ ਜਲੰਧਰ ਆਪਣਾ ਰਾਸ਼ਨ ਕਾਰਡ ਲੈ ਸਕਦਾ ਰਾਸ਼ਨ ਲੈ ਸਕਦਾ ਸੋ ਇਹਦਾ ਬੜਾ ਫਾਇਦਾ ਹਾਂ ਇਹ ਗੱਲ ਹੈਗੀ ਆ ਹਜੇ ਵੀ ਉਹ ਬੰਦੇ ਹੈਗੇ ਨੇ ਜਿਨ੍ਹਾਂ ਦੇ ਘਰ ਸਭ ਕੁਛ ਹੈਗਾ ਉਹਨਾਂ ਦੇ ਰਾਸ਼ਨ ਕਾਰਡ ਬਣੇ ਨੇ ਉਹਨਾਂ ਨੂੰ ਆਪ ਸੋਚਣਾ ਚਾਹੀਦਾ ਕਿ ਗਰੀਬਾਂ ਵਾਸਤੇ ਬਣੇ ਨੇ ਹੁਣ ਸਰਕਾਰ ਸੋਚ ਰਹੀ ਆ ਵੀ ਜਿਨ੍ਹਾਂ ਨੇ ਗਲਤ ਕਾਰਡ ਬਣਵਾਏ ਨੇ ਅਤੇ ਜੇ ਲੋੜ ਪਈ ਤਾਂ ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਰਾਸ਼ਨ ਦੀਆਂ ਸ਼ਰਤਾਂ ਉਹ ਹਜੇ ਇਹਦੇ ਤਾਂ ਨਹੀਂ ਹੈਗਾ ਉਹ ਬਾਕੀ ਉਹ ਗੱਲਾਂ ਫਿਰ ਨੇ ਬਹੁਚਰਚਿਤ ਬਲਵੰਤ ਸਿੰਘ ਮੁਲਤਾਨੀ ਅਗਵਾ ਅਤੇ ਕਤਲ ਮਾਮਲੇ 'ਚ ਜ਼ਿਲ੍ਹਾ ਅਦਾਲਤ ਨੇ ਪੰਜਾਬ ਦੇ ਸਾਬਕਾ DGP ਸੁਮੇਧ ਸਿੰਘ ਸੈਣੀ ਨੂੰ ਵੱਡਾ ਝਟਕਾ ਦਿੰਦੇ ਹੋਏ ਉਹਨਾਂ ਖਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਨੇ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਸੁਮੇਧ ਸਿੰਘ ਸੈਣੀ ਨੂੰ ਗ੍ਰਿਫ਼ਤਾਰ ਕਰਕੇ 25 ਸਤੰਬਰ ਤੱਕ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ ਪੂਰੇ ਦੇਸ਼ ਸਮੇਤ ਪੰਜਾਬ 'ਚ JEE ਮੇਨ ਪ੍ਰੀਖਿਆ ਆਯੋਜਿਤ ਕਰਨ ਤੋਂ ਬਾਅਦ ਹੁਣ NEET ਪ੍ਰੀਖਿਆਵਾਂ ਆਯੋਜਿਤ ਕੀਤੀਆਂ ਗਈਆਂ ਨੇ NEET ਪ੍ਰੀਖਿਆ 13 ਸਤੰਬਰ ਮਤਲਬ ਕਿ ਅੱਜ ਹੋਏਗੀ ਪੰਜਾਬ 'ਚ NEET ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਰੇਲਵੇ ਵੱਲੋਂ ਵੱਡਾ ਤੋਹਫਾ ਦਿੱਤਾ ਗਿਆ ਰੇਲਵੇ ਵੱਲੋਂ NEET ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਸਹੂਲਤ ਦੇ ਲਈ ਵਿਸ਼ੇਸ਼ ਗੱਡੀਆਂ ਚਲਾਈਆਂ ਗਈਆਂ ਨੇ ਉੱਤਰ ਪੱਛਮ ਰੇਲਵੇ ਦੇ PRO ਅਭੈ ਸ਼ਰਮਾ ਦੇ ਅਨੁਸਾਰ ਸ਼੍ਰੀ ਗੰਗਾਨਗਰ ਬਠਿੰਡਾ ਐਕਸਪ੍ਰੈਸ ਸਪੈਸ਼ਲ ਗੱਡੀ ਐਤਵਾਰ 13 ਸਤੰਬਰ ਦੀ ਸਵੇਰੇ 7:30 ਵਜੇ ਸ਼੍ਰੀ ਗੰਗਾਨਗਰ ਤੋਂ ਰਵਾਨਾ ਹੋ ਕੇ ਅਬੋਹਰ ਮਲੋਰ 'ਚ ਠਹਿਰਦੇ ਹੋਏ 2 ਘੰਟੇ 15 ਮਿੰਟ ਬਾਅਦ 9:45 ਤੇ ਬਠਿੰਡਾ ਪਹੁੰਚੇਗੀ ਵਾਪਸੀ 'ਚ ਬਠਿੰਡਾ ਸ਼੍ਰੀ ਗੰਗਾਨਗਰ ਐਕਸਪ੍ਰੈਸ ਸਪੈਸ਼ਲ ਗੱਡੀ ਉਸੇ ਦਿਨ ਸ਼ਾਮ 7:30 ਵਜੇ ਬਠਿੰਡਾ ਤੋਂ ਰਵਾਨਾ ਹੋ ਕੇ ਰਾਤ 10 ਵਜੇ ਸ਼੍ਰੀ ਗੰਗਾਨਗਰ ਪਹੁੰਚੇਗੀ ਸਪੈਸ਼ਲ ਗੱਡੀ ਪੂਰਨ ਤੌਰ ਤੇ ਸੈਨੀਟਾਈਜ਼ ਹੋਏਗੀ ਇਸ 'ਚ ਪ੍ਰੀਖਿਆਰਥੀਆਂ ਤੋਂ ਇਲਾਵਾ ਕੋਈ ਵੀ ਮੁਸਾਫ਼ਰ ਉਚਿਤ ਰਿਜ਼ਰਵੇਸ਼ਨ ਟਿਕਟ ਲੈ ਕੇ ਯਾਤਰਾ ਨਹੀਂ ਕਰ ਸਕੇਗਾ ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਦੀ ਅਹਿਮ ਖਬਰ ਨੇ ਦਸਤਕ ਦਿੱਤੀ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦੁਬਾਰਾ ਏਮਸ ਦੇ ਵਿੱਚ ਭਰਤੀ ਕਰਾਇਆ ਗਿਆ ਹੈ ਜਾਣਕਾਰੀ ਦੇ ਅਨੁਸਾਰ ਉਹਨਾਂ ਨੂੰ ਬੀਤੀ ਦੇਰ ਰਾਤ ਏਮਸ ਦੇ ਵਿੱਚ ਭਰਤੀ ਕਰਾਇਆ ਗਿਆ ਦੱਸ ਦਈਏ ਕਿ 2 ਹਫ਼ਤੇ ਪਹਿਲਾਂ ਹੀ ਉਹ ਹਸਪਤਾਲ ਤੋਂ ਡਿਸਚਾਰਜ ਹੋ ਕੇ ਘਰ ਪਰਤੇ ਸਨ ਦੱਸਿਆ ਜਾ ਰਿਹਾ ਹੈ ਕਿ ਮੁੜ ਤੋਂ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਹੋ ਰਹੀ ਹੈ ਜਿਸ ਦੇ ਚੱਲਦੇ ਉਹਨਾਂ ਨੂੰ ਮੁੜ ਹਸਪਤਾਲ ਦੇ ਵਿੱਚ ਭਰਤੀ ਕਰਾਉਣਾ ਪਿਆ ਕੇਂਦਰੀ ਮੰਤਰੀ ਵੀ ਕੋਰੋਨਾ ਪੋਜ਼ਿਟਿਵ ਪਾਏ ਗਏ ਸਨ ਜਿਸ ਤੋਂ ਬਾਅਦ ਉਹਨਾਂ ਦਾ ਹਸਪਤਾਲ ਦੇ ਵਿੱਚ ਇਲਾਜ ਕਰਾਇਆ ਗਿਆ ਜਿਸ ਤੋਂ ਬਾਅਦ ਉਹ ਘਰ ਪਰਤ ਗਏ ਸਨ ਪਰ ਹੁਣ ਫਿਰ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਹੋ ਰਹੀ ਹੈ ਜਿਸ ਕਾਰਨ ਉਹਨਾਂ ਨੂੰ ਮੁੜ ਏਮਸ ਦੇ ਵਿੱਚ ਦਾਖਲ ਕਰਾਇਆ ਗਿਆ ਹੈ